ਐਮਐਚ1 ਨਿਊਜ਼ ਦੇ ਇਸ ਪੰਜਾਬੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਲੀਨ ਕੌਰ। ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਖਬਰਾਂ ਤੇ। ਗੁਰਦਾਸਪੁਰ ਜ਼ਿਮਨੀ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਕਰਨਗੇ ਪ੍ਰਚਾਰ। ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਵਿੱਚ ਮਨਾਉਣਗੇ ਦੁਸਹਿਰਾ। ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਗੁਰਦਾਸਪੁਰ ਵਿੱਚ ਚੋਣ ਰੈਲੀ ਦੀ ਤਿਆਰੀ। ਅਰੁਣ ਜੇਟਲੀ, ਸੁਖਬੀਰ ਬਾਦਲ ਅਤੇ ਵਿਜੇ ਸਾਂਪਲਾ ਰੈਲੀ ਵਿੱਚ ਹੋ ਸਕਦੇ ਹਨ ਸ਼ਾਮਲ। ਕਿਸਾਨ ਕਰਜ਼ ਮੁਆਫੀ ਦੇ ਮੁੱਦੇ ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ, ਇਸ ਤੋਂ ਜ਼ਿਆਦਾ ਕਰਜ਼ ਮੁਆਫ ਕਰਨ ਦੀ ਨਹੀਂ ਹੈ ਗੁੰਜਾਇਸ਼। ਬਠਿੰਡਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵਧੇਗੀ ਬਿਜਲੀ ਦੀ ਘਾਟ। ਥਰਮਲ ਪਲਾਂਟ ਵਿੱਚ ਕੋਲਾ ਹੋਇਆ ਖਤਮ, ਅਜੇ ਸਿਰਫ ਇੱਕ ਯੂਨਿਟ ਹੀ ਕਰ ਰਹੀ ਹੈ ਕੰਮ। ਪੰਚਕੂਲਾ ਦੀ CBI ਕੋਰਟ ਨੇ ਰਾਮ ਰਹੀਮ ਤੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਅਰਜ਼ੀ ਕੀਤੀ ਨਾਮਨਜ਼ੂਰ। ਬਤੌਰ ਗਵਾਹ ਨੇ ਦੁਬਾਰਾ ਪੇਸ਼ ਹੋਣ ਦੀ ਮੰਗੀ ਸੀ ਇਜਾਜ਼ਤ। ਪੰਜਾਬ ਵਿੱਚ ਨਹੀਂ ਰੁਕ ਰਹੇ ਕਿਸਾਨਾਂ ਦੀ ਖੁਦਕੁਸ਼ੀ ਦੇ ਮਾਮਲੇ। ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਸਣੇ ਖੇਤ ਮਜ਼ਦੂਰ ਨੇ ਕੀਤੀ ਖੁਦਕੁਸ਼ੀ। ਪੰਜਾਬ ਦੇ ਮਸ਼ਹੂਰ ਲੋਕ ਗਾਇਕ ਇਦੂ ਸ਼ਰੀਫ ਨੂੰ ਪੰਜਾਬ ਸਰਕਾਰ ਨੇ ਦਿੱਤੀ ਲੱਖ ਰੁਪਏ ਦੀ ਮਾਲੀ ਮਦਦ। ਨਵਜੋਤ ਸਿੰਘ ਸਿੱਧੂ ਨੇ ਮਨੀ ਮਾਜਰਾ ਦੇ ਘਰ ਵਿੱਚ ਜਾ ਕੇ ਕੀਤੀ ਮੁਲਾਕਾਤ। ਤੇ ਹੁਣ ਖਬਰਾਂ ਵਿਸਤਾਰ ਨਾਲ। ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਰਣਨੀਤੀ ਤਿਆਰ ਕਰ ਲਈ ਹੈ ਅਤੇ ਹੁਣ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਸੀਟ ਤੇ 11 ਅਕਤੂਬਰ ਨੂੰ ਵੋਟਿੰਗ ਹੋਣੀ ਹੈ। ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਵਿੱਚ ਦੁਸਹਿਰਾ ਮਨਾਉਣ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ 3 ਅਕਤੂਬਰ ਨੂੰ ਗੁਰਦਾਸਪੁਰ ਵਿੱਚ ਨਰਿੰਦਰ ਮੋਦੀ ਵੀ ਰੈਲੀ ਕਰ ਸਕਦੇ ਹਨ। ਪੇਸ਼ ਹੈ ਗੁਰਦਾਸਪੁਰ ਜ਼ਿਮਨੀ ਚੋਣ ਤੇ ਇੱਕ ਖਾਸ ਰਿਪੋਰਟ। ਗੁਰਦਾਸਪੁਰ ਜ਼ਿਮਨੀ ਚੋਣ ਦੀ ਤਰੀਕ ਨਜ਼ਦੀਕ ਆਉਂਦੀ ਜਾ ਰਹੀ ਹੈ। 11 ਅਕਤੂਬਰ ਨੂੰ ਵੋਟਿੰਗ ਹੋਣਗੀਆਂ ਅਤੇ 15 ਅਕਤੂਬਰ ਨੂੰ ਨਤੀਜੇ ਆਉਣਗੇ। ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਦੇ ਪਰਚੇ ਭਰ ਚੁੱਕੇ ਨੇ। ਕਾਂਗਰਸ ਦੇ ਸੁਨੀਲ ਜਾਖੜ, ਭਾਰਤੀ ਜਨਤਾ ਪਾਰਟੀ ਦੇ ਸਰਵਣ ਸਲਾਰੀਆ ਅਤੇ ਆਮ ਆਦਮੀ ਪਾਰਟੀ ਦੇ ਰਿਟਾਇਰਡ ਮੇਜਰ ਜਨਰਲ ਸੁਰੇਸ਼ ਖਜੂਰੀਆ ਮੈਦਾਨ ਵਿੱਚ ਨੇ। ਸਾਰੀ ਸਿਆਸੀ ਪਾਰਟੀਆਂ ਨੇ ਆਪਣੇ ਚੋਣ ਪ੍ਰਚਾਰ ਦੀ ਰਣਨੀਤੀ ਬਣਾ ਲਈ ਹੈ ਅਤੇ ਆਪਣੇ ਸਟਾਰ ਕੈਂਪੇਨਰ ਨੂੰ ਗੁਰਦਾਸਪੁਰ ਲੈ ਕੇ ਆਉਣ ਦੀ ਤਿਆਰੀ ਵੀ ਕਰ ਲਈ ਹੈ। ਕਾਂਗਰਸ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਚਾਰ ਵਿੱਚ ਲੈ ਕੇ ਜਾਵੇਗੀ। ਖਬਰ ਇਹ ਵੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰਾ ਪਠਾਨਕੋਟ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ਪਠਾਨਕੋਟ ਹਿੰਦੂ ਆਬਾਦੀ ਵਾਲਾ ਸ਼ਹਿਰ ਹੈ ਅਤੇ ਇਹ ਗੁਰਦਾਸਪੁਰ ਲੋਕ ਸਭਾ ਚੋਣਾਂ ਹਲਕੇ 'ਚ ਵੀ ਆਉਂਦਾ ਹੈ। ਇਹ ਪਹਿਲਾ ਮੌਕਾ ਹੋਏਗਾ ਕਿ ਪੰਜਾਬ ਦੇ CM ਦੁਸਹਿਰੇ ਦੇ ਮੌਕੇ ਤੇ ਪਠਾਨਕੋਟ ਜਾਣਗੇ। ਜ਼ਿਕਰਯੋਗ ਹੈ ਕਿ ਕੈਪਟਨ ਪਹਿਲਾਂ 15 ਅਗਸਤ ਨੂੰ ਪਠਾਨਕੋਟ ਆਏ ਸਨ ਜਦੋਂ ਸੂਬਾ ਪੱਧਰੀ ਪ੍ਰੋਗਰਾਮ ਕੀਤਾ ਗਿਆ ਸੀ। BJP ਦੇ ਲੋਕ ਸਭਾ MP ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਇਹ ਸੀਟ ਕਾਂਗਰਸ ਹਰ ਕੀਮਤ ਤੇ ਆਪਣੀ ਝੋਲੀ ਵਿੱਚ ਪਾਉਣਾ ਚਾਹੁੰਦੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸਰਵਣ ਸਲਾਰੀਆ ਨੇ ਵੀ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ ਹੈ। ਉਹ ਵੀ ਤਿਆਰੀ ਜ਼ੋਰ ਸ਼ੋਰ ਨਾਲ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਸਾਰੇ ਸੀਨੀਅਰ ਆਗੂ ਗੁਰਦਾਸਪੁਰ ਪਹੁੰਚ ਰਹੇ ਨੇ ਅਤੇ ਮੰਗਲਵਾਰ ਨੂੰ ਇੱਕ ਵੱਡੀ ਰੈਲੀ ਤੋਂ ਚੋਣ ਪ੍ਰਚਾਰ ਦਾ ਆਗਾਜ਼ ਹੋ ਸਕਦਾ ਹੈ। ਅਰੁਣ ਜੇਟਲੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਵਿਜੇ ਸਾਂਪਲਾ ਇਹ ਰੈਲੀ 'ਚ ਪਹੁੰਚ ਸਕਦੇ ਨੇ। ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਅਕਤੂਬਰ ਨੂੰ ਗੁਰਦਾਸਪੁਰ ਵਿੱਚ ਇੱਕ ਬਹੁਤ ਵੱਡੀ ਰੈਲੀ ਕਰ ਸਕਦੇ ਨੇ। ਉਧਰ ਆਮ ਆਦਮੀ ਪਾਰਟੀ ਵੀ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਹੋਰ ਕਈ ਸੀਨੀਅਰ ਆਗੂਆਂ ਤੋਂ ਗੁਰਦਾਸਪੁਰ ਫੇਰੀ ਅਤੇ ਚੋਣ ਰੈਲੀਆਂ ਦਾ ਪ੍ਰੋਗਰਾਮ ਬਣਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਜਦ 11 ਅਕਤੂਬਰ ਨੂੰ ਵੋਟਾਂ ਪੈਣਗੀਆਂ, 15 ਅਕਤੂਬਰ ਨੂੰ ਕਿਹੜਾ ਨੁਮਾਇੰਦਾ ਗੁਰਦਾਸਪੁਰ ਤੋਂ ਲੋਕ ਸਭਾ ਦੀ ਦਹਿਲੀਜ਼ ਵਿੱਚ ਪਹੁੰਚਦਾ ਹੈ। ਬਿਊਰੋ ਰਿਪੋਰਟ, MH1 ਨਿਊਜ਼। ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੀ ਮੁਆਫੀ ਦੇ ਮਸਲੇ ਤੇ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਵਿੱਚ ਮੀਡੀਆ ਨੂੰ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ ਦੇ 10.25 ਲੱਖ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਰਕਮ ਹੋਰ ਕਈ ਸੂਬਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਸ ਲਈ ਇਸ ਤੋਂ ਜ਼ਿਆਦਾ ਕਰਜ਼ਾ ਮੁਆਫ ਕੀਤੇ ਜਾਣ ਦੀ ਗੁੰਜਾਇਸ਼ ਸਰਕਾਰ ਦੇ ਕੋਲ ਨਹੀਂ ਹੈ। ਸਾਰੇ ਹਿੰਦੁਸਤਾਨ ਮੇਂ ਜੋ ਆਜ ਕਿਸਾਨੋਂ ਕੋ ਦਿਆ ਜਾ ਰਹਾ ਹੈ, ਮਹਾਰਾਸ਼ਟਰ ਮੇਂ 50,000, UP ਮੇਂ 50,000, ਤਾਮਿਲਨਾਡੂ ਮੇਂ 50,000, ਹਮ 2 ਲੱਖ ਦੇ ਰਹੇ ਹੈ।
अब इससे ज्यादा तो हम दे नहीं सकते, जितनी 9,950 करोड़ रुपए लगेगा, इससे ज्यादा पंजाब के पास गुंजाइश नहीं है। नोटिफिकेशन जारी हो चुका है, पैसा नहीं है सरकार के पास, तो हाउ डू यू थिंक, अगर पैसा नहीं है तो नोटिफिकेशन कैसे किया हमने? डोंट वरी, दैट्स आवर जॉब टू डू, जैसे पैसा आएगा वो हमारा काम है, हम सेंटर से नहीं मांग रहे। ईसी से जो परमिशन मांगी है, कब तक आपको उम्मीद है कि ईसी परमिशन दे? आई डोंट थिंक ईसी विल क्रिएट एनी प्रॉब्लम, बिकॉज ये तो असेंबली में पास हो चुका है। पटियाला दे पिंड महमूदपुर मंडी विच किसानां दा प्रदर्शन लगातार जारी है। हजारां किसान अपनी मंगां नूं लै के चौथे दिन भी धरने ते बैठे हुए हन। जिक्रयोग है कि पंजाब दे किसान हर तरह दा कर्ज माफ करन अते पराली ना जलाउण दे बदले हर एकड़ ते 5,000 रुपए दी रकम दित्ते जाण दी मंग कर रहे हन। इस दे नाल ही हर तरह दी फसल दा MSP वधाउण दी भी मंग कर रहे हन। किसान धरने का चौथा दिन हैगा और लगातार MH1 जिहड़ा हैगा इसकी कवरेज जिहड़ा लगातार दिखा रहा हैगा। अज भी जिहड़ा हैगा कुछ किसान जिहड़े हैगे साडे नाल जुड़े ने, असीं उन्हां नाल गलबात करदे हां कि मंगा इन्हां दीआं हैगीआं और अज चौथे दिन जिहड़ा हैगा इन्हां दा किस तरह दा रहेगा। पंजाब दीआं 7 किसान जथेबंदियां दा इह धरना लगातार 22 तरीक तों जारी है। इह जिहड़ियां साडीआं मुख मंगां ने ਉਹ ਕਿਸਾਨੀ ਕਰਜ਼ੇ ਦੇ ਸੰਬੰਧ ਵਿੱਚ ਹੈ। ਵੱਧ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਅਤੇ ਕਿਸਾਨੀ ਦੀ ਹਾਲਤ ਹੈ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ। ਇਸ ਕਰਕੇ ਜਿੰਨਾ ਚਿਰ ਕਰਜ਼ੇ ਦਾ ਕੋਈ ਨਿਬੇੜਾ ਨਹੀਂ ਹੁੰਦਾ ਸਾਡਾ ਇਹ ਧਰਨਾ ਲਗਾਤਾਰ ਹਾਲੇ ਜਾਰੀ ਰਹੂਗਾ। ਚੌਥਾ ਦਿਨ ਹੈਗਾ ਅੱਜ ਦਾ ਜਿਹੜਾ ਕਿਸਾਨ ਦਾ ਜਿਹੜਾ ਰੋਸ ਪ੍ਰਦਰਸ਼ਨ ਹੈਗਾ, ਕਿਸ ਤਰ੍ਹਾਂ ਦਾ ਅੱਜ ਪੂਰਾ ਦਿਨ ਨਿਕਲਿਆ ਜਾਏਗਾ? ਇਹ ਰੋਸ ਪ੍ਰਤੀ ਦਿਨ ਪ੍ਰਤੀ ਵੱਧਦਾ ਜਾ ਰਿਹਾ, ਕਿਉਂਕਿ ਸਾਡਾ ਇੱਕ ਬੰਦਾ ਇਦੋਂ ਪਹਿਲਾਂ ਮੌਤ ਹੋ ਚੁੱਕੀ ਅਤੇ ਇੱਕ ਫੱਟੜ ਹੋ ਚੁੱਕਿਆ। ਇਸ ਕਰਕੇ ਕਿਸਾਨ ਜਥੇਬੰਦੀਆਂ 'ਚ ਰੋਸ ਵੱਧਦਾ ਜਾ ਰਿਹਾ, ਨਾ ਕਿ ਪ੍ਰਸ਼ਾਸਨ ਵੱਲੋਂ ਕੋਈ ਇਹਦਾ ਕੋਈ ਭਰੋਸਾ ਦਵਾਇਆ ਜਾ ਰਿਹਾ ਵੀ ਅਸੀਂ ਇਸ ਤਰ੍ਹਾਂ ਇਹਦਾ ਕਿਵੇਂ ਨਜਿੱਠਿਆ ਜਾਵੇ। ਜਿਹੜਾ ਮਾਨਸਾ ਸਾਡਾ ਬੰਦਾ ਹੋਇਆ ਮਰਿਆ ਸੀ ਕੱਲ੍ਹ, ਉਹਦਾ ਵੀ ਇਹਨਾਂ ਨੇ ਧੱਕੇ ਨਾਲ ਕਿਵੇਂ ਨੂੰ ਕਿਵੇਂ ਦਾਹ ਸੰਸਕਾਰ ਕਰਿਆ ਸਾਡੇ ਉਹਦੇ ਤੋਂ ਬਿਨਾਂ ਕੀਤਾ। ਇਹ ਕਿਸ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਇਹ ਧਰਨਾ ਜਿਹੜਾ ਚੱਕਿਆ ਜਾਵੇ? ਸਾਨੂੰ ਇਹ ਨਹੀਂ ਸਮਝ ਆ ਰਹੀ ਜਦੋਂ ਕਿ ਕੋਰਟ ਦਾ ਅਤੇ ਸਾਡੇ ਵੱਲੋਂ ਵੀ ਯਕੀਨ ਦਵਾਇਆ ਜਾ ਰਿਹਾ ਵੀ ਜਿਹੜਾ ਸਾਡਾ ਇਹ ਧਰਨਾ ਸ਼ਾਂਤਮਈ ਰਹੂਗਾ, ਪਰ ਫਿਰ ਵੀ ਪਤਾ ਨਹੀਂ ਲੱਗਦਾ ਪੁਲਿਸ ਦੀ ਨਾਫਰੀ ਕਿਉਂ ਵਧਾਈ ਜਾਂਦੇ ਨੇ। ਦਿਨ ਬਰ ਦਿਨ ਨਾਫਰੀ ਵੱਧ ਰਹੀ ਜਾ ਰਹੀ ਹੈ, ਜੋ ਹੜ ਹੜ ਕਰਦੇ ਇੱਥੇ ਪੁਲਿਸ ਮੁਲਾਜ਼ਮ ਫਿਰਦੇ ਨੇ, ਬਹੁਤ ਜ਼ਿਆਦਾ ਫਿਰ ਰਹੇ ਨੇ ਸਾਡੇ ਜਿੰਨੀ, ਉਹ ਫਿਰੀ ਜਾਂਦੇ ਨੇ, ਪਤਾ ਨਹੀਂ ਉਹਨਾਂ ਦਾ ਕੋਈ ਧਰਨਾ ਨਹੀਂ ਹੈਗਾ, ਪਤਾ ਨਹੀਂ ਕੋਈ ਹੋਰ ਗੱਲ ਨਹੀਂ ਹੈਗੀ, ਜਾਣੀ ਸਾਡੇ 'ਤੇ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਨੇ ਬਿਨਾਂ ਮਤਲਬ ਤੋਂ, ਜਦੋਂ ਕਿ ਅਸੀਂ ਯਕੀਨ ਦਵਾਇਆ ਪਿਆ ਵੀ ਅਸੀਂ ਕਿਸੇ ਦਾ ਫੁੱਲ ਤੱਕ ਨਹੀਂ ਤੋੜਦੇ। ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਕਹਿੰਦਾ ਵੀ ਮੈਂ 2 ਲੱਖ ਰੁਪਏ ਜਿਹੜਾ ਕਰਜ਼ਾ ਮਾਫ਼ ਕਰ ਚੁੱਕਾ, ਕੀ ਲੱਗਦਾ ਵੀ ਉਹ 2 ਲੱਖ ਰੁਪਇਆ ਘੱਟ ਪੈ ਰਿਹਾ? ਸਾਰਾ ਕਰਾਈ ਸਾਨੂੰ ਮਨਜ਼ੂਰ ਨਹੀਂ ਹੈਗਾ ਜੀ, ਸਾਰਾ ਬੋਲੇ ਨੇ ਜੀ, ਉਹ ਸਾਨੂੰ ਕੋਈ ਯਕੀਨ ਨਹੀਂ ਹੈਗਾ ਉਹਨਾਂ 'ਤੇ। ਉਹਨਾਂ ਨੇ ਕਿਹਾ ਵੀ ਲਖੀਰ ਮਰਿਆ, ਗੁਰੂ ਗ੍ਰੰਥ ਸਾਹਿਬ ਦੀ ਬੀੜ ਚੱਕ ਕਿਹਾ ਜੀ ਉਹਨੇ ਵੀ ਸਾਰਾ ਕਿਸਾਨ ਦਾ ਕਰਜ਼ਾ ਮਾਫ਼ ਕਰਾਂਗੇ, ਆੜ੍ਹਤੀਆਂ ਦਾ ਵੀ, ਕੋਈ ਬੈਂਕ ਦਾ ਕੋਈ ਲੋਨ ਹੈ ਵੀ ਅਸੀਂ ਕਰਵਾ ਦਾਂ, 2500 ਰੁਪਇਆ ਪ੍ਰਸ਼ਨ ਮੰਗਿਆ ਜੀ ਉਹ ਵੀ 2500 ਰੁਪਇਆ ਪ੍ਰਸ਼ਨ ਦੇਵਾਂਗੇ, ਕੁਛ ਨਹੀਂ ਦਿੱਤਾ ਜੀ। ਘਰ ਘਰ ਨੌਕਰੀ ਦਿੱਤੀ, ਕੋਈ ਨੌਕਰੀ ਨਹੀਂ ਜੀ, ਪਲਸਰਾਂ ਬੰਦ ਪਈਆਂ ਜੀ, ਬੜੇ ਪਲਸਰ ਜਿਹੜੀ ਬਾਦਲ ਨੇ ਉਹ ਵੀ ਬੰਦ ਕਰ ਲਈ ਜੀ, ਕੋਈ ਪਲਸਰ ਨਹੀਂ ਮਿਲਦੀ ਕਿਸੇ ਨੂੰ, ਕੋਈ ਆਟਾ ਦਾਲ ਨਹੀਂ ਮਿਲਦਾ ਉਹ ਵੀ ਬੰਦ ਕਰ ਲਿਆ ਜੀ, ਅੱਗੇ ਗਰੀਬਾਂ ਨੂੰ ਆਟਾ ਦਾਲ ਮਿਲਦਾ ਸੀ, ਕਣਕ ਖੁਦਾਲਾ ਬੰਦ ਹੈ ਜੀ ਕੁਛ ਨਹੀਂ ਦਿੱਤਾ। ਗੱਲ ਕਰੀਏ ਜਿਹੜਾ ਪ੍ਰਸ਼ਾਸਨ ਜਿਹੜਾ ਕਹਿ ਰਿਹਾ ਹੈਗਾ ਵੀ ਅਸੀਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਮੁਹੱਈਆ ਕਰਾ ਰਹੇ ਹਾਂ ਵੀ ਲਾਈਟ ਹੈ, ਬਿਜਲੀ ਹੈ ਜਾਂ ਕਿਸੇ ਵੀ ਚੀਜ਼ ਨੂੰ ਕਹਿ ਰਹੇ ਹੈ, ਕੀ ਇਹ ਠੀਕ ਹੈ, ਸਹੀ ਹੈਗਾ ਜਾਂ ਗਲਤ ਹੈ? ਕੋਈ ਨਹੀਂ ਸਹੀ ਹੈਗਾ ਜੀ, ਸਾਡੇ ਕੋਲ ਲਾਈਟ ਅਤੇ ਪਾਣੀ ਹੈ ਇਕੱਲਾ, ਕੋਈ ਚੀਜ਼ ਸਾਡੀ ਆਪਦੀ ਹੈ, ਉਹ ਵੀ ਕਦੇ ਲਾਈਟ ਆ ਗਈ ਕਦੇ ਬਾਗੀ, ਪਾਣੀ ਵੀ ਰੇਡੂਏ 'ਚ ਬੋਲ ਕੇ ਮੰਗਾਉਂਦੇ ਹਾਂ ਅਸੀਂ। ਗੱਲ ਕਰੀਏ 26 ਤਰੀਕ ਤੱਕ ਅਗਰ ਜਿਹੜਾ ਹੈ ਸਰਕਾਰ ਤੁਹਾਡੀ ਜਿਹੜੀਆਂ ਮੰਗਾਂ ਨਹੀਂ ਮੰਨਦੀ ਹੈਗੀ, ਤਾਂ 26 ਤੋਂ ਬਾਅਦ ਤੁਹਾਡਾ ਸਟੈਪ ਅਗਲਾ ਕੀ ਹੋਏਗਾ? ਜਿਹੜਾ 26 ਤੋਂ ਬਾਅਦ ਦਾ ਸਟੈਪ ਹੋਊਗਾ ਉਹ ਹਾਲੇ 2 ਦਿਨ ਸਾਡੇ ਬਾਕੀ ਨੇ, 26 ਤੋਂ ਬਾਅਦ ਜਿਹੜਾ ਸਟੈਪ ਹੋਊਗਾ ਉਹ 7 ਜਥੇਬੰਦੀਆਂ ਮੀਟਿੰਗ ਕਰ ਰਹੀਆਂ ਨੇ, ਜੋ ਵੀ ਰਿਜ਼ਲਟ ਆਉਣਗੇ ਉਹ ਪ੍ਰਸ਼ਾਸਨ ਦੇ ਅਤੇ ਤੁਹਾਡੇ ਮੀਡੀਆ ਦੇ ਧਿਆਨ ਵਿੱਚ ਲਿਆ ਦਿੱਤੇ ਜਾਣਗੇ। ਹਾਲੇ 7 ਜਥੇਬੰਦੀਆਂ ਦੀ ਆਪਣੀ ਮੀਟਿੰਗ ਕਰਕੇ ਉਹ ਜੋ ਵੀ ਪ੍ਰੋਗਰਾਮ ਲਿਖਣਗੇ ਸਾਰੀਆਂ 7 ਜਥਿਆਂ ਦੇ ਬੰਦਿਆਂ ਨੂੰ ਮਨਜ਼ੂਰ ਹੋਊਗਾ, ਸਾਰੇ ਜਿੰਨੇ ਮਾਰਲੇ ਬੰਦੇ ਹਾਂ ਅਸੀਂ। ਇਹ ਸਨ ਕੁਝ ਕਿਸਾਨ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ, ਇਹਨਾਂ ਦਾ ਕਹਿਣਾ ਅਗਰ 26 ਤਰੀਕ ਤੱਕ ਵੀ ਜਿਹੜਾ ਸਰਕਾਰ ਜਿਹੜਾ ਸਾਡੀਆਂ ਮੰਗਾਂ ਨਹੀਂ ਮੰਨਦੀ ਹੈਗੀ, ਉਸ ਤੋਂ ਬਾਅਦ ਵੀ ਮੀਟਿੰਗ ਕਰਕੇ 7 ਜਥੇਬੰਦੀਆਂ ਕੁਝ ਹੋਰ ਵੀ ਕਰ ਸਕਦੀਆਂ ਹਨ। ਪਟਿਆਲਾ ਤੋਂ ਕਮਲ, ਕੈਮਰਾਮੈਨ ਦੇ ਨਾਲ ਹਰਿੰਦਰਪਾਲ ਸਿੰਘ ਦੀ MH1 ਤੋਂ ਰਿਪੋਰਟ।
ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਬਿਜਲੀ ਦੀ ਘਾਟ ਵੱਧਦੀ ਜਾ ਰਹੀ ਹੈ ਕਿਉਂਕਿ ਸਰਕਾਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹੈ। ਖਬਰ ਹੈ ਕਿ ਕੋਲੇ ਦੀ ਘਾਟ ਕਰਕੇ ਥਰਮਲ ਪਲਾਂਟ ਦੇ ਵਿੱਚ ਪ੍ਰੋਡਕਸ਼ਨ ਕਾਫੀ ਘੱਟ ਹੋ ਗਈ ਹੈ ਅਤੇ ਫਿਲਹਾਲ ਇੱਕ ਹੀ ਯੂਨਿਟ ਕੰਮ ਕਰ ਰਹੀ ਹੈ। ਇਸ ਥਰਮਲ ਪਲਾਂਟ ਵਿੱਚ 2000 ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਠਿੰਡਾ ਪਹੁੰਚੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਬਾਰੇ ਮੀਡੀਆ ਨੂੰ ਬਿਆਨ ਦਿੱਤਾ ਹੈ ਕਿ ਇਸ ਮਸਲੇ ਤੇ ਸਾਡੇ ਪੱਤਰਕਾਰ ਅਮਿਤ ਸ਼ਰਮਾ ਨੇ ਸਥਾਨਕ ਲੋਕਾਂ ਨਾਲ ਵੀ ਗੱਲ ਕੀਤੀ ਹੈ। ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਇੱਕ ਵਾਰੀ ਫੇਰ ਜਿਹੜੀ ਹੈ ਸਰਕਾਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਅਤੇ ਇੱਕ ਜੇਕਰ ਗੱਲ ਕੀਤੀ ਜਾਵੇ ਹੁਣ ਇਸ ਟਾਈਮ ਬਠਿੰਡਾ ਦਾ ਜਿਹੜਾ ਇੱਕ ਯੂਨਿਟ ਜਿਹੜਾ ਥਰਮਲ ਪਲਾਂਟ ਦੇ ਵਿੱਚ ਚੱਲ ਰਿਹਾ ਅਤੇ ਜਿਹੜਾ ਇਹਨੂੰ ਬੰਦ ਕਰਨ ਦਾ ਜਿਹੜਾ ਵਿਰੋਧ ਹੈ ਉਹ ਸ਼ੁਰੂਆਤੀ ਦਿਨਾਂ ਤੋਂ ਹੀ ਜਿਹੜੇ ਕਰਮਚਾਰੀ ਨੇ ਉਹਨਾਂ ਵੱਲੋਂ ਕੀਤਾ ਗਿਆ ਅਤੇ ਅਸੀਂ ਹੁਣ ਇਸ ਵਕਤ ਜਿਹੜੇ ਹੈ ਬਠਿੰਡਾ ਦੇ ਥਰਮਲ ਪਲਾਂਟ ਦੇ ਗੇਟ ਦੇ ਅੱਗੇ ਖੜੇ ਹਾਂ ਅਤੇ ਸਾਡੇ ਨਾਲ ਜਿਹੜੇ ਇੱਥੋਂ ਦੇ ਕਰਮਚਾਰੀ ਵੀ ਹੈ ਅਤੇ ਕੁਛ ਆਮ ਲੋਕ ਵੀ ਇੱਥੇ ਨਾਲ ਖੜੇ ਨੇ ਅਤੇ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਵੀ ਜੇ ਇਹ ਬੰਦ ਹੋ ਰਿਹਾ ਕੀ ਕਾਰਨ ਹੈ ਅਤੇ ਕਿਉਂ ਬੰਦ ਕੀਤਾ ਜਾ ਰਿਹਾ ਅਤੇ ਜੇਕਰ ਇਹ ਬੰਦ ਹੁੰਦਾ ਤਾਂ ਉਹਦੀ ਕਿੰਨੀ ਕੁ ਜਿਹੜੀ ਵੱਡੀ ਪਰੇਸ਼ਾਨੀ ਹੈ ਬਿਜਲੀ ਦੀ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਭੁਗਤਣੀ ਪਏਗੀ ਅਤੇ ਸਾਡੇ ਨਾਲ ਜਿਹੜੇ ਇੱਥੋਂ ਦੇ ਯੂਨੀਅਨ ਦੇ ਕੁਛ ਨੁਮਾਇੰਦੇ ਮੌਜੂਦ ਆ ਪਹਿਲਾਂ ਉਹਨਾਂ ਤੋਂ ਜਾਣਦੇ ਆ ਵੀ ਇਹ ਬੰਦ ਕਰਨ ਦਾ ਰੀਜ਼ਨ ਕੀ ਹੈ ਆਖਿਰ ਸਰਕਾਰ ਇਹਨੂੰ ਕਿਉਂ ਬੰਦ ਕਰਨਾ ਚਾਹੁੰਦੀ ਹੈ। ਹਾਂਜੀ ਕੀ ਨਾਮ ਹੈ ਤੁਹਾਡਾ ਜੀ? ਸਭ ਤੋਂ ਪਹਿਲਾਂ ਇਹ ਅਸੀਂ ਜਾਣਨਾ ਚਾਹਾਂਗੇ ਵੀ ਸਰਕਾਰ ਇਹਨੂੰ ਬੰਦ ਕਰਨ ਦੀ ਤਿਆਰੀ ਦੇ ਵਿੱਚ ਹੈ, ਕੀ ਕਾਰਨ ਹੈ, ਕਿਉਂ ਬੰਦ ਕਰਨਾ ਚਾਹੁੰਦੀ ਹੈ? ਦੇਖੋ ਜੀ, ਥਰਮਲ ਇਹ ਬਠਿੰਡਾ ਥਰਮਲ ਹੈ ਜੋ ਪੰਜਾਬ ਦਾ ਪਲੇਠਾ ਥਰਮਲ ਹੈ, ਇਹਨੂੰ ਬੰਦ ਕਰਨ ਦੀ ਵੈਸੇ ਲੋੜ ਨਹੀਂ। ਜਿਹੜੇ ਗਲਤ ਸਮਝੌਤੇ ਪਿਛਲੀਆਂ ਸਰਕਾਰਾਂ ਨੇ ਲੰਬੇ ਸਮਝੌਤੇ ਬਿਜਲੀ ਪਰਚੇਜ ਦੇ ਕੀਤੇ ਹੋਏ ਨੇ, ਉਹ ਸਮਝੌਤੇ ਬਹੁਤ ਹੀ ਗਲਤ ਹੋਏ ਨੇ, ਉਹਨਾਂ ਕਰਕੇ ਹੀ ਇਹਨਾਂ ਨੂੰ ਬੰਦ ਕੀਤਾ ਜਾ ਰਿਹਾ। ਅਦਰਵਾਈਜ਼ ਇਹਨੂੰ ਹੋਰ ਕੋਈ ਬੰਦ ਕਰਨ ਦਾ ਇਹਨਾਂ ਕੋਲ ਕਾਰਨ ਨਹੀਂ ਹੈ। ਜੋ ਸਮਝੌਤਿਆਂ ਦਾ ਰਿਵਿਊ ਕੀਤਾ ਜਾਵੇ, ਉਹਨਾਂ ਦਾ ਥੋੜ੍ਹਾ ਬਹੁਤਾ ਜਿਵੇਂ 1 ਪੈਸਾ ਜਾਂ 50 ਪੈਸੇ ਉਹ ਸਮਝੌਤੇ ਘਟਾਏ ਜਾਣ ਤਾਂ ਇੱਥੋਂ ਦੇ ਮੁਲਾਜ਼ਮ ਵੀ ਨਹੀਂ ਕੱਢੇ ਜਾਣੇ ਅਤੇ ਬੰਦ ਕਰਨ ਦੀ ਲੋੜ ਵੀ ਨਹੀਂ ਪੈਣੀ ਅਤੇ ਬਿਜਲੀ ਵੀ ਸਸਤੀ ਦਿੱਤੀ ਜਾ ਸਕਦੀ ਹੈ। ਹਾਂਜੀ, ਕਿੰਨੇ ਮੁਲਾਜ਼ਮ ਨੇ ਇੱਥੇ ਅਤੇ ਜੇਕਰ ਇਹ ਬੰਦ ਹੁੰਦਾ ਤਾਂ ਕੀ ਪਰੇਸ਼ਾਨੀਆਂ ਆਉਣਗੀਆਂ ਅਤੇ ਹੁਣ 1 ਯੂਨਿਟ ਚੱਲ ਰਿਹਾ ਤਾਂ ਕਿੰਨਾ ਕੁ ਅੱਗੇ ਬਿਜਲੀ ਦਾ ਕਿੰਨਾ ਦਿੱਕਤ ਆ ਸਕਦੀ? ਦੇਖੋ ਜੀ, ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਵਿੱਚ ਇਸ ਵੇਲੇ ਸਥਾਈ ਅਤੇ ਅਸਥਾਈ ਕੱਚੇ ਔਰ ਪੱਕੇ ਜਿਹੜੇ ਹੈ ਉਹ 2100 ਕੰਮ ਹੈਗਾ ਸਾਡੇ ਜਿਹੜੇ ਇੱਕ ਅਨਸਕਿਲਡ ਵਰਕਰ ਤੋਂ ਲੈ ਕੇ GM ਤੱਕ ਅਤੇ ਠੇਕੇਦਾਰਾਂ ਦੇ ਬੰਦੇ ਜਿਹੜੇ ਹੈਗੇ ਹੈ। ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ? ਕਿੰਨੇ ਬੰਦੇ ਇੱਥੇ ਕੰਮ ਕਰਦੇ ਨੇ ਤੁਹਾਡੇ ਨਾਲ? ਜੇਕਰ ਤੁਸੀਂ ਸ਼ਹਿਰ ਵਾਸੀ ਵੀ ਹੈਗੇ ਹੋ ਤਾਂ ਕਿੰਨੀ ਕੁ ਪਰੇਸ਼ਾਨੀ ਹੋਊਗੀ ਜੇ ਬੰਦ ਕੀਤਾ ਜਾਂਦਾ? ਬੇਰੁਜ਼ਗਾਰੀ ਕਿੰਨੀ ਕੁ ਵਧੂ? ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਥਰਮਲ ਪਲਾਂਟ ਚੱਲਦਾ ਰੱਖਣ, ਨਹੀਂ ਤਾਂ ਇਹਦੇ ਨਾਲ ਸਾਡਾ ਨੁਕਸਾਨ ਹੋਣਾ, ਨਾਲ ਜੋ ਬਸਤੀਆਂ ਉਹਨਾਂ ਦੇ ਵੀ ਨੁਕਸਾਨ ਹੋਣਾ, ਨਾਲ ਉਹਨਾਂ ਦੇ ਨੁਕਸਾਨ ਹੋਣਾ। ਛੋਟੀਆਂ ਵੱਡੀਆਂ ਫੈਕਟਰੀਆਂ ਜੋ ਇੱਥੇ ਲੱਗੀਆਂ ਉਹ ਵੀ ਬੰਦ ਹੋਣਗੀਆਂ। ਸਸਤੀ ਬਿਜਲੀ ਪੈਦਾ ਕਰਦਾ ਥਰਮਲ ਪਲਾਂਟ ਬਠਿੰਡਾ, ਪਰ ਜੇ ਸਰਕਾਰ ਆਪਣੀ ਮਨਮਨਾਈ ਕਰਦੀ ਰਹੀ ਅਤੇ ਪਲਾਂਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਪਰਿਵਾਰਾਂ ਸਮੇਤ ਧਰਨੇ ਕਰਾਂਗੇ, ਮੁਜ਼ਾਹਰੇ ਕਰਾਂਗੇ, ਸੰਘਰਸ਼ ਕਰਾਂਗੇ। ਸਾਨੂੰ ਜੋ ਕੁਛ ਕਰਨਾ ਪਿਆ ਅਸੀਂ ਕਰਾਂਗੇ, ਪੂਰੀ ਹੱਦ ਤੱਕ ਅਸੀਂ ਲੜਾਈ ਲੜਾਂਗੇ, ਪਰ ਇਸ ਥਰਮਲ ਪਲਾਂਟ ਨੂੰ ਬੰਦ ਨਹੀਂ ਹੋਣ ਦਿੰਦੇ। ਬਿਲਕੁਲ, ਇਹ ਜਿਹੜੇ ਬਠਿੰਡਾ ਦੇ ਥਰਮਲ ਦੇ ਇੱਥੋਂ ਦੇ ਜਿਹੜੇ ਕਰਮਚਾਰੀ ਹੈਗੇ ਜਾਂ ਜਿਹੜੀ ਯੂਨੀਅਨਾਂ ਨੇ ਇੱਥੇ ਜਾਂ ਜਿਹੜੇ ਕੰਟਰੈਕਟ ਵਰਕਰ ਨੇ, ਉਹ ਸਾਰਿਆਂ ਦਾ ਇੱਕੋ ਹੀ ਮੰਗ ਹੈਗੀ ਹੈ ਕਿ ਜਿਹੜਾ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਵੋਟਾਂ ਲੈਣ ਵੇਲੇ ਜਿਹੜਾ ਵਾਅਦਾ ਕੀਤਾ ਸੀ ਕਿ ਇਸ ਥਰਮਲ ਦੀ ਚਿਮਨੀਆਂ ਦਾ ਧੂੰਆਂ ਹਮੇਸ਼ਾ ਲਈ ਚੱਲਦਾ ਰਹੇਗਾ, ਤਾਂ ਅੱਜ ਵੀ ਉਹੀ ਮੰਗ ਕਰ ਰਹੇ ਨੇ ਕਿ ਥਰਮਲ ਨੂੰ ਨਾ ਬੰਦ ਕੀਤਾ ਜਾਵੇ, ਕਿਉਂਕਿ ਇਹ ਜਿੱਥੇ ਸਸਤੀ ਬਿਜਲੀ ਦੇ ਰਿਹਾ ਉੱਥੇ ਬਹੁਤ ਜ਼ਿਆਦਾ ਜਿਹੜੇ ਇੱਥੇ ਕੰਟਰੈਕਟ ਵਰਕਰ ਨੇ, ਬੇਰੁਜ਼ਗਾਰ ਨੇ, ਜਿਹੜੇ ਲੋਕ ਜਿਨ੍ਹਾਂ ਨੂੰ ਇੱਥੇ ਰੁਜ਼ਗਾਰ ਮਿਲਿਆ ਉਹਨਾਂ ਦੇ ਵੀ ਇੱਥੇ ਕੰਮ ਚੱਲਦਾ। ਅਤੇ ਹੁਣ ਦੇਖਣਾ ਇਹ ਹੋਵੇ ਕਿ ਆਉਣ ਵਾਲਾ ਜਿਹੜਾ ਫੈਸਲਾ ਸਰਕਾਰ ਦਾ ਇਹ ਥਰਮਲ ਦੇ ਹੱਕ ਵਿੱਚ ਹੁੰਦਾ ਜਾਂ ਇਹਦੇ ਖਿਲਾਫ਼ ਹੁੰਦਾ। ਜੇਕਰ ਖਿਲਾਫ਼ ਕਾਰਵਾਈ ਹੁੰਦੀ ਹੈ ਤਾਂ ਸਰਕਾਰ ਨੂੰ ਇਹਦਾ ਵਿਰੋਧ ਵੀ ਝੱਲਣਾ ਪਵੇਗਾ। ਅਮਿਤ ਸ਼ਰਮਾ, MH1 ਨਿਊਜ਼, ਬਠਿੰਡਾ। ਪੰਚਕੂਲਾ ਦੀ CBI ਕੋਰਟ ਨੇ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਉਸ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਜਿਸ ਵਿੱਚ ਖੱਟਾ ਸਿੰਘ ਨੇ ਗਵਾਹ ਦੇ ਤੌਰ ਤੇ ਦੁਬਾਰਾ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਅਤੇ ਸਿਰਸਾ ਦੇ ਪੱਤਰਕਾਰ ਦੇ ਕਤਲ ਦੇ ਮਾਮਲੇ ਵਿੱਚ ਖੱਟਾ ਸਿੰਘ ਨੇ ਪਹਿਲਾਂ ਵੀ ਗਵਾਹੀ ਦਿੱਤੀ ਸੀ। ਉਸ ਦੇ ਵਕੀਲ ਨੇ ਕਿਹਾ ਕਿ ਹੁਣ ਅਸੀਂ ਹਾਈ ਕੋਰਟ ਜਾਵਾਂਗੇ। ਜਿਹੜੀ ਐਪਲੀਕੇਸ਼ਨ ਖੱਟਾ ਸਿੰਘ ਨੇ ਲਗਾਈ ਸੀ ਕਿ ਮੈਂ 2012 ਵਿੱਚ ਗੁਰਮੀਤ ਰਾਮ ਰਹੀਮ ਦੇ ਡਰ ਤੋਂ ਆਪਣੇ ਬਿਆਨ ਤੋਂ ਮੁਕਰਿਆ ਸੀਗਾ ਅਤੇ ਮੈਨੂੰ ਦੁਬਾਰਾ ਬਿਆਨ ਦੇਣ ਲਈ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਅੱਜ ਗੁਰਮੀਤ ਰਾਮ ਰਹੀਮ ਅੰਦਰ ਚਲਾ ਗਿਆ ਅਤੇ ਡਰ ਦਾ ਮਾਹੌਲ ਨਹੀਂ ਹੈ। ਅਤੇ ਉਸ ਐਪਲੀਕੇਸ਼ਨ ਦੀ ਅੱਜ ਅਨਾਊਂਸਮੈਂਟ ਸੀਗੀ ਆਰਡਰ ਦੀ, ਅਤੇ ਜੱਜ ਸਾਹਿਬ ਨੇ ਇਹਨਾਂ ਹੀ ਕਿਹਾ ਵੀ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਡਿਸਮਿਸ ਕਰ ਦਿੱਤੀ ਜਾਂਦੀ ਹੈ। ਹਾਲੇ ਆਰਡਰ ਦੀ ਕਾਪੀ ਸਾਨੂੰ ਮਿਲੀ ਨਹੀਂ ਹੈ, ਸੋ ਡਿਟੇਲ ਸਾਨੂੰ ਪੜ੍ਹ ਕੇ ਪਤਾ ਚੱਲੇਗਾ। ਸੋ ਅਸੀਂ ਸਾਡੀ ਤਿਆਰੀ ਹੈ, ਹੁਣ ਅੱਗੇ ਹਾਈਕੋਰਟ ਅਸੀਂ ਫਾਈਲ ਕਰਾਂਗੇ। ਆਪਣੇ ਨਵਕਰਨ ਵਕੀਲ ਸਰਦਾਰ ਜੀ ਦੇ ਸਾਹਿਬ ਹਾਈਕੋਰਟ ਜਾਏਗੇ
और उनको जितनी सजा होगी उसको सजा दिलाएंगे, इसलिए हम कोशिश है भी जितनी जितनी उसको सजा हो सके। मैं उस डर के मारे पीछे हटा था, कोई उसमें कोई बिल्कुल सही सी, अब मैं तैयार हूँ, जहाँ भी हाई कोर्ट में जाके उनकी बेनती करेंगे, जो मंजूर होगी तो जरूर करें। जिला फतेहगढ़ साहब के एक ही पिंड के एक किसान और खेत मजदूर वालों खुदकुशी करने की खबर सामने आई है। फतेहगढ़ साहब के पिंड पटेड़ी विच 28 साल के किसान जगविंदर सिंह ते करीब 5 लाख का कर्जा सी, जिस कारण दुखी होके उसने जहर खा के अपनी जान दे दी, जदों की खेत मजदूर 47 साल के दारा सिंह ने 20,000 रुपए का कर्जा लिया सी अते इस तो परेशान होके उसने भी जहर खा के खुदकुशी कर ली। मैंने कर्जे दे मारे ने करी जी 5 लाख, बैंक का भी सी, आड़ती का सी, ये दो बच्चे है मेरे, असी ये मंग कर दे भी हुण ओ तां चले गए, मेरी जिंदगी तां होगी या सेना तां हो जूगी, हुण जो कुछ भी होना बस कर्जा उतर जूगी सिर ते। उन्हां ने जी थोड़ा जा कर्जे तो परेशान होके इदां दा स्टेप चुकिया जी, दो बैंकां दा कर्जा देना था जी, ते कुछ आड़ती का भी कर्जा हैगा था जी, तकरीबन 6.5-7 लाख के करीब कर्जा देना था जी। इसी तरह फिर इसे तो तंग आके उन्हें खेतों के बीच जाके इस स्टेप चुकया जी। सारंगी के जादूगर और मशहूर लोक गायक इदू शरीफ के मनी माजरा के घर जाके पंजाब के कैबिनेट मंत्री नवजोत सिंह सिद्धू ने मुलाकात की। जिक्रयोग है कि पंजाब के लोक संगीत और ढाडी गायकी नू एक नवी पछाण दवाने वाले इदू शरीफ बुढ़ापे विच बदहाली की जिंदगी जी रहे हैं और पैरालाइसिस के शिकार हो चुके हैं। कैबिनेट मंत्री नवजोत सिंह सिद्धू ने इदू शरीफ के इलाज के लिए परिवार वालों 2 लाख रुपए का चैक दिता। इस मौके उन्होंने नाल पंजाब आर्ट्स काउंसिल के चेयरमैन सुरजीत पात्र भी मौजूद सन। चीफ मिनिस्टर साहब के कोल मुद्दा चुकूंगा, कैबिनेट के विच भी ये गल करांगा, और चीफ मिनिस्टर साहब बड़े दानिशमंद ने, और तुसी देखो कि उन्होंने घराने ने महिंद्र अमरनाथ का परिवार, गामे पलवान का परिवार, कई गाने वाले के परिवार उन्होंने स्पोंसर किए, तो वो इस गल समझे करके बड़ा जरूरी है कि असी कोई कॉर्पस फंड बनाईए जिदे जो कोई लोड़मंद बंदा जिन्हें पंजाब का नाम रोशन किया हो, जिन्हें अलख जगाई होवे, जिन्हें सुत्यां नू जगाया होवे, जदों उन्हूं लोड़ पवे तो सारा पंजाब खड़ा होवे उहदे नाल। ये इन्ना ही संकेत है, इन्ना ही मैसेज है, बाकी साड़ी कादी औकात है, परमात्मा ने लिजा के एक अच्छाई करन दा मौका देता, ये उस परमात्मा दा परवरदिगार दा शुक्र। साढ़े नाल इस वेले पंजाब दे सिरमौर ढाडी गायक इदू शरीफ दा परिवार जिन्हां नूं पिछले 5 साल पहले पैरालाइसिस दा अटैक होया ही, इस तो पहला राष्ट्रपति और प्रधानमंत्री वालों इन्हां नूं नवाजिया जा चुका है, और कितने कितने कोई इन्हां दी पुछ नहीं कर रहा पिछले 5 साल तो लैके, और अज नवजोत सिद्धू जिहड़े पंजाब दे कल्चरल मिनिस्टर ने वो आए ने इन्हां कोल, और 2 लाख जिहड़ा इन्हां नूं 2 लाख की जिहड़ी वित्तीय सहायता इन्हां नूं मुहैया करवाई है। गलबात करदे हां उन्हां दे परिवार नाल। सर तुहाडा नाम जी? मेरा नाम सुखी खान है जी, मैं इन्हां दा वड्डा बेटा, मेरे पिता जी इदू शरीफ। सुखी पहलों तो यह दसो भी किहड़े किहड़े सन्मानां नाल इन्हां नूं नवाजिया गया, और किस तरह इन्हां नूं पैरालाइसिस दा अटैक होया, की हालात रहे तुहाडे घर दे? अवार्डां की गल करिए, अवार्ड तो सर बहुत है, बहुत ज़्यादा रखने नूं, मुल्ला दा जिन्ने तुसीं देखे हैं वो तो ज़्यादा टुट चुके हैं। राष्ट्रपति अवार्ड, भाषा विभाग का अवार्ड, ठीक है, मेन PTC का अवार्ड है, लाइफ टाइम अचीवमेंट अवार्ड, ठीक है, और स्टीफन हरफर नाल कनेडा के प्रधानमंत्री नाल भी इन्हां दी फोटो है, तो बाकी थानू पता है भी इत्थे दे प्रधानमंत्री अपने जिन्ने भी है उन्होंने भी असीं सुना चुके हैं। ਸਾਡੇ ਨਾਲ ਇਦੂ ਸ਼ਰੀਫ ਦੇ ਦੂਸਰੇ ਬੇਟੇ ਵੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਅਗਰ ਗੱਲ ਕਰੀਏ, ਕਿਸੇ ਨੇ ਤੁਹਾਡੀ ਮਦਦ, ਕਿਸੇ ਨੇ ਮਦਦ ਦਾ ਹੱਥ ਫੜਿਆ, ਕਿਸੇ ਗਾਇਕ ਨੇ, ਸਿੰਗਰ ਨੇ, ਕਲਾਕਾਰ ਨੇ, ਜਾਂ ਕਿਸੇ ਸਰਕਾਰ ਵੱਲੋਂ ਤੁਹਾਡੀ ਮਦਦ ਕੀਤੀ ਹੋਏ? ਸਰਕਾਰ ਵੱਲੋਂ ਤਾਂ ਨਹੀਂ ਕੋਈ ਹਾਲੇ ਤੱਕ ਮਦਦ ਆਈ। ਹਾਂ, ਜਿਵੇਂ ਕਿ ਆਮ ਪਬਲਿਕ, ਆਮ ਆਰਟਿਸਟ, ਸਿੰਗਰ ਹੋ ਗਏ, ਜਿਵੇਂ ਕਿ ਬਾਹਰ ਤੋਂ ਸਹੂਲਤ ਬਹੁਤ ਆਈ ਹੈ, ਪਰ ਉਹ ਜ਼ਿਆਦਾ ਨਹੀਂ, ਜਿਵੇਂ ਕਿ
25-50 मतलब 25-50 तक ही सीमित रहता वह कम। फिर डैडी जी कला वह लुप्त हुई जी, बहुत साल हो गए, 5 साल हो गए सानू आप सच्ची घर बैठे नूं, ते जिद्दण दे बीमार होए आ। तो इन्होंने बथेरी जो ठीक सी जब भी मेरे नाल जाते थे उस वक्त भी ये साड़ी उस वक्त भी यही अरदास सी भी सानू कोई सहूलत दी जाए, साड़ी जिहड़ी सहूलत है रहण दी जगह सानू पंजाब सरकार वल्लों दित्ती जाए, इन्हां दी भी यही मंग है। तो इन्हां ने एक एप्लीकेशन अपने वल्लों ही दित्ती है, इन्हां दे नां ते भेजी है, शायद बिल्कुल वह अर्जी साड़ी मन्नी जाऊगी। सो इसी इदू शरीफ जिहड़े पंजाब दे बा कमाल जिहड़े कितने कहते ढाडी गायक सी और बा कमाल ही कल्चर पंजाब नूं उन्होंने जिहड़ा दित्ता और राष्ट्रपति और प्रधानमंत्री वालों भी उन्होंने नवाजिया गया है। पिछले 5 साल तो किसी ने बाह नहीं सी फड़ी और अज नवजोत सिद्धू जिहड़े ने उन्होंने आके इन्हां दी वित्तीय सहायता की है। कैमरामैन सज्जन सिंह दे नाल दीपक शर्मा, MH1 न्यूज़ चंडीगढ़। कांग्रेस विधायक संजय तलवार लोगों दी शिकायतों ते अपने चोन हलके विच पहुंचे। इलाके विच विकास कारज ना होण तो नाराज लोगों ने विधायक सामने हंगामा किया। उन्होंने इस गल की शिकायत सी कि चोणां वेले संजय तलवार ने इलाके दे लोगों नूं वड्डे वड्डे वादे किए सन ते करोड़ों रुपए के प्रोजैक्ट इलाके विच शुरू करन दा भरोसा दवाया सी, पर अजे तक इलाके विच कोई भी वड्डा प्रोजैक्ट शुरू नहीं हो पाया। इस इलाके की काफ़ी देर तो समस्या है, तकरीबन मेरा ख्याल साल पुरानी समस्या कि इस इलाके दी गलियां नहीं बनिया। तो इन्हों का एक रोष भी है कि आस पास का सारा इलाका बन गया, ये लोग जाते भी रहे उदों के जोड़े पोलीटिकल बोसिस उन्होंने कोल, तो उन्होंने को एक जवाब मिल गया भी एरिया डिकलेयर नहीं है। जब कारपोरेशन सीवर पा सकती है, लाइट्स ला सकती है, तो इन्हों को टैक्स लै सकती है, तो यहोजा कोई इशू नहीं है भी एरिया अनडिकलेयर हो, क्योंकि साढ़े हाउस के एक मता पास होया हो जिथे असी 4 फैसिलिटियों एक भी फैसिलिटीज असी दे पाए हैं, चाहे सीवर देता, चाहे पानी की पाइप देती, चाहे लाइटा देती, वो एरिया डिकलेयर मनिया जाता, बट उन्होंने क्यों नहीं बनाईया ये गलियां ये बारे मैं कुछ कह नहीं सकता। असी वोट उन्होंने देनी है जिहड़ा साढ़े अंदर एरिया का सुधार करेगा, नहीं तो नो वोट, इतने वोट ला देना गली अगे कि असी किसी नूं वोट नहीं देनी किसी भी सरकार नूं, बस साडा वादा आ सारे एरिए दा। खबरां दे इस बुलेटिन विच बस इन्ना ही, मैनूं दिओ इजाजत, धन्नवाद।